ਜਦ ਕੋਈ ਬਾਤ بگੜ ਜਾਵੇ ਜਦ ਕੋਈ ਮੁਸ਼ਕਲ ਪੜ ਜਾਵੇ ਤੁਸੀਂ ਆਵਾਜ਼ ਦੇਣੀ ਹੈ ਬਸ ਬਾਲੀਵੁੱਡ ਦਾਦਾ ਨੂੰ ਤੇ ਬਾਲੀਵੁੱਡ ਦਾਦਾ ਹਾਜ਼ਰ ਹੈ ਜੀ ਹਰ ਰੋਜ਼ ਦੀ ਤਰ੍ਹਾਂ ਬਾਲੀਵੁੱਡ ਫਿਲਮੀ ਕੱਪਸ਼ਬ ਲੈ ਕੇ ਕਿ ਫਿਲਮਾਂ ਦੀ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਬਾਲੀਵੁੱਡ ਪਾਲੀਵੁੱਡ ਐਂਟਰਟੇਨਮੈਂਟ ਜਗਤ ਦੇ ਵਿੱਚ ਕੀ ਕੁਝ ਵਾਪਰ ਰਿਹਾ ਨਵਾਂ ਸਭ ਕੁਝ ਤੁਹਾਨੂੰ ਦੱਸਣ ਦੇ ਲਈ ਆਇਆ ਨਾ ਮੈਂ ਵੈਲ ਗੱਲ ਕਰਦੇ ਆਂ ਅਸੀਂ ਭਖਦਾ ਹੋਇਆ ਇਹਨਾਂ ਮੁੱਦਾ ਹੀ ਉਹ ਹੁਣ ਠੰਡਾ ਹੋ ਗਿਆ ਵਿਆ ਵਿੱਕੀ ਕੌਸ਼ਲ ਐਂਡ ਕੈਟਰੀਨਾ ਕੈਫ ਦਾ ਜਨਾਬ ਇਹ ਵੀ ਇੱਕ ਮੁੱਦਾ ਬਣਿਆ ਹੋਇਆ ਹੈ ਕੋਈ ਕਹਿੰਦਾ ਹੈ ਵਿਆਹ ਦੇ ਵਿੱਚ ਇਹ ਆ ਕੋਈ ਕਹਿੰਦਾ ਹੈ ਵਿਆਹ ਦੇ ਵਿੱਚ ਉਹ ਮਨਾ ਕੋਈ ਕਹਿੰਦਾ ਹੈ ਇਹਨੂੰ ਬੁਲਾਇਆ ਉਹਨੂੰ ਨਹੀਂ ਬੁਲਾਇਆ ਕਿਉਂ ਨਹੀਂ ਬੁਲਾਇਆ ਇਹ ਹੋ ਰਿਹਾ ਉਹ ਹੋ ਰਿਹਾ ਇਹ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਸਨ ਵਿਆਹ ਤੋਂ ਪਹਿਲਾਂ ਬੜੀਆਂ ਸਾਰੀਆਂ ਚਰਚਾਵਾਂ ਹੋਈਆਂ ਔਰ 40 ਗੈਸਟ ਬੁਲਾਏ ਗਏ ਨੇ ਉਹਨੂੰ ਨਹੀਂ ਬੁਲਾਇਆ ਉਹਨੂੰ ਬੁਲਾਇਆ ਔਰ ਵੀਡੀਓ ਤੇ ਵੀਡੀਓ ਲੋਕ ਕੀ ਪਾ ਰਹੇ ਸੀ ਵਿੱਕੀ ਕੌਸ਼ਲ ਐਂਡ ਕੈਟਰੀਨਾ ਕੈਫ ਦੇ ਵਿਆਹ ਨੂੰ ਲੈ ਕੇ ਪਰ ਹੁਣ ਫਾਈਨਲੀ ਹੀਰ ਰਾਂਝੇ ਦੀ ਹੋ ਹੀ ਗਈ ਐ ਹਾਂਜੀ ਜਨਾਬ ਵੈਸੇ ਤੁਹਾਨੂੰ ਇੱਕ ਗੱਲ ਦੱਸਦਾ ਕੁਝ ਟਾਈਮ ਪਹਿਲਾਂ ਵਿੱਕੀ ਕੌਸ਼ਲ ਨੇ ਇੱਕ ਅਵਾਰਡ ਸ਼ੋਅ ਦੀ ਕੀਤੀ ਸੀ ਹੋਸਟਿੰਗ ਤੇ ਉਦੋਂ ਉਹਨੇ ਸਟੇਜ ਤੋਂ ਮਜ਼ਾਕ ਮਜ਼ਾਕ ਦੇ ਵਿੱਚ ਐਵੇਂ ਹਾਸਾ ਮਜ਼ਾਕ ਹਾਸੀਆਂ ਖੇਡੀਆਂ ਉਹਦੇ ਵਿੱਚ ਉਹਨੇ ਕਟਰੀਨਾ ਕੈਫ ਨੂੰ ਕਿਹਾ ਸੀ ਮਸਤ ਸ਼ਾਦੀ ਕਰੋਗੀ ਮਤਲਬ ਸ਼ਾਦੀ ਕਰੋਗੀ ਇਹ ਸਾਹਮਣੇ ਬੈਠੇ ਸਨ ਸਾਡੇ ਭਾਈ ਜਾਨ ਸਲਮਾਨ ਖਾਨ ਉਹ ਵੀ ਬੜੇ ਹੈਰਾਨ ਹੋਏ ਕਿ ਆ ਕਟਰੀਨਾ ਕੈਫ ਨੂੰ ਕੀ ਕਹੀ ਜਾਂਦੇ ਆ ਵਿੱਕੀ ਕੋਸ਼ਲ ਇੱਥੋਂ ਤੱਕ ਉਹਨੇ ਕਹਿ ਦਿੱਤਾ ਕਹਿੰਦਾ ਵੀ ਕੋਈ ਚੰਗਾ ਜਿਹਾ ਸੋਹਣਾ ਜਿਹਾ ਵਿੱਕੀ ਕੋਸ਼ਲ ਲੱਭ ਕੇ ਤੁਸੀਂ ਵਿਆਹ ਕਿਉਂ ਨਹੀਂ ਕਰ ਲੈਂਦੇ ਤੇ ਅੱਜ ਉਹ ਮਜ਼ਾਕ ਦੇ ਵਿੱਚ ਕਹੀਆਂ ਹੋਈਆਂ ਗੱਲਾਂ ਜਨਾਬ ਸੱਚ ਹੋ ਗਈਆਂ ਜੇ ਦੋਵੇਂ ਇੱਕ ਦੂਜੇ ਦੇ ਨਾਲ ਪੰਜਾਬੀ ਪਰੰਪਰਾ ਦੇ ਨਾਲ ਵਿਆਹ ਕਰਕੇ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਨੇ ਔਰ ਸਾਰੇ ਉਹਨਾਂ ਨੂੰ ਵਧਾਈਆਂ ਦੇਣ ਦੇ ਨੇ ਕੰਗ੍ਰੈਚੁਲੇਟ ਕਰਨ ਦੇ ਨੇ ਵਿਰਾਟ ਕੋਹਲੀ ਅਨੁਸ਼ਕਾ ਨੇ ਉਹਨਾਂ ਨੂੰ ਕੰਗ੍ਰੈਚੁਲੇਟ ਕੀਤਾ ਲਗ ਅੰਦਾਜ਼ ਦੇ ਵਿੱਚ ਉਹਨਾਂ ਨੇ ਕਿਹਾ ਛੇਤੀ ਛੇਤੀ ਸਾਡੇ ਗਵਾਂਢੀ ਬਣ ਜਾਓ ਤਨਾਲ ਦੇ ਫਲੈਟ ਤੋਂ ਸਾਨੂੰ ਠੁੱਲ ਠਾ ਠਗ ਠਗ ਦੀ ਜਿਹੜੀਆਂ ਆਵਾਜ਼ਾਂ ਆਉਂਦੀਆਂ ਨੇ ਕੰਸਟਰਕਸ਼ਨ ਦੀਆਂ ਉਹ ਹੁਣ ਆਣੀਆਂ ਬੰਦ ਹੋ ਜਾਣਗੀਆਂ ਕਿਉਂਕਿ ਉਹ ਫਲੈਟ ਜਿਹੜਾ ਤਿਆਰ ਹੋਇਆ ਉਹ ਵਿੱਕੀ ਕੌਸ਼ਲ ਨੇ ਖਰੀਦੇ ਆ ਤੇ ਉਹਦੇ ਵਿੱਚ ਉਹ ਦੋਨੋਂ ਰਹਿਣਗੇ ਤੇ ਵਿਰਾਟ ਕੋਹਲੀ ਅਨੁਸ਼ਕਾ ਦੇ ਹੁਣ ਬਣ ਜਾਣਗੇ ਉਹ ਗਵਾਂਡੀ ਕਿਆ ਬਾਤ ਹੈ ਵੈ ਤੁਹਾਨੂੰ ਦੱਸਾਂ ਪੰਜਾਬੀ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਹੋਇਆ ਤੇ ਵਿੱਕੀ ਕੌਸ਼ਲ ਦੇ ਪਰਿਵਾਰ ਨੇ ਪੰਜਾਬੀ ਕਲਚਰ ਟ੍ਰੈਡੀਸ਼ਨ ਨੂੰ ਨਿਭਾਉਂਦਿਆਂ ਆ ਜਿਹੜੇ ਗੈਸਟ ਆਏ ਸਨ ਉਹਨਾਂ ਨੂੰ ਸਾਰਿਆਂ ਨੂੰ ਗਿਫਟ ਦਿੱਤਾ ਗਿਫਟ ਦੇ ਵਿੱਚ ਮਠਾਈ ਦਾ ਡੱਬਾ ਹੈ ਉਹ ਹੀ ਜਨਾਬ ਪੰਜਾਬ ਦੇ ਵਿੱਚ ਜਿਹੜੀ ਸਾਰਿਆਂ ਨੂੰ ਵੰਡੀ ਜਾਂਦੀ ਹੈ ਭਾਜੀ ਜਿਹਦੇ ਵਿੱਚ ਸ਼ੱਕਰਪਾਰੇ ਮਠੀਆਂ ਲੂਣੀਆਂ ਸੇਵੀਆਂ ਦੇ ਨਾਲ ਮਠੀਆਂ ਆਏ ਹਾਏ ਕੀ ਬਾਤ ਆ ਉਹਦਾ ਡੱਬਾ ਦਿੱਤਾ ਤੇ ਇੱਕ ਇੱਕ ਮੈਸੇਜ ਵੀ ਹੈਗਾ ਸਾਰਿਆਂ ਦੇ ਲਈ ਚਿੱਠੀ ਦੇ ਵਿੱਚ ਜਿਹਦੇ ਵਿੱਚ ਕਟਰੀਨਾ ਵਿਕੀਕੋਸ਼ਨ ਨੇ ਲਿਖਿਆ ਕਿ ਸਾਡੇ ਵਿਆਹ ਤੇ ਆਉਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਤੁਸੀਂ ਸਾਡੇ ਵਿਆਹ ਦੇ ਵਿੱਚ ਆ ਕੇ ਨਾ ਮਾਣ ਬਖਸ਼ਿਆ ਗੁਰਦਾਸਮਨ ਸਾਹਿਬ ਦੀ ਪੂਰੀ ਫੈਮਿਲੀ ਪਹੁੰਚੀ ਸੀ ਤੇ ਗੁਰਦਾਸਮਨ ਸਾਹਿਬ ਨੇ ਰੰਗ ਵੀ ਜ਼ਰੂਰ ਬੰਨਿਆ ਹੋਵੇਗਾ ਹੱਲੇ ਉਹ ਰੰਗ ਸਾਹਮਣੇ ਤਾਂ ਨਹੀਂ ਆਇਆ ਪਰ ਵਿਆਹ ਦੀਆਂ ਬੜੀਆਂ ਸਾਰੀਆਂ ਫੋਟੋਜ਼ ਵਿੱਕੀ ਕੌਸ਼ਲ ਤੇ ਕਟਰੀਨਾ ਕੈਫ ਦੀਆਂ ਵਾਇਰਲ ਹੋਣ ਡੀਆਂ ਨੇ ਔਰ ਜਦੋਂ ਉਹ ਜੈਪੁਰ ਤੋਂ ਰਵਾਨਾ ਹੋਏ ਮੁੰਬਈ ਲਈ ਤੇ ਉਹ ਫੋਟੋਜ਼ ਵੀ ਬੜੀਆਂ ਵਾਇਰਲ ਹੋਣ ਡੀਆਂ ਨੇ ਵੈਲ ਸਾਰੇ ਕੰਗ੍ਰੈਚੂਲੇਟ ਕਰਨ ਦੇ ਨੇ ਤੇ ਬਾਲੀਵੁੱਡ ਦਾਦਾ ਵੱਲੋਂ ਵੀ ਵਿੱਕੀ ਕੌਸ਼ਲ ਤੇ ਕਟਰੀਨਾ ਕੈਫ ਨੂੰ ਬਹੁਤ ਬਹੁਤ ਵਧਾਈਆਂ ਤੇ ਮੈਂ ਇਹੋ ਹੀ ਚਾਹਨਾ ਕਿ ਤੁਹਾਡਾ ਇਹ ਵਿਆਹ ਲੰਬਾ ਚੱਲੇ 这么以巴。